ਵੈਂਕਈਆ ਨਾਇਡੂ ਨੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ। ਜਲਿਆਂਵਾਲਾ ਬਾਗ ਦੇ ਸਾਕੇ ਦੀ ਸ਼ਤਾਬਦੀ ਮੌਕੇ ਜਲਿਆਂਵਾਲਾ ਬਾਗ ਵਿਖੇ ਆਯੋਜਿਤ ਪ੍ਰੋਗਰਾਮ ਵਿੱਚ ਮੁੱਖ ਤੌਰ ਤੇ ਸ਼ਿਰਕਤ ਕਰਨ ਪਹੁੰਚੇ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਹਨਾਂ ਆਯੋਜਿਤ ਪ੍ਰਾਰਥਨਾ ਸਭਾ ਵਿੱਚ ਵੀ ਹਿੱਸਾ ਲਿਆ, ਜਦਕਿ ਉਹਨਾਂ ਵੱਲੋਂ ਇੱਕ ਵਿਸ਼ੇਸ਼ ਸਮਾਰਕ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਅਤੇ ਕੈਬਨਿਟ ਮੰਤਰੀ ਪੰਜਾਬ ਓਪੀ ਸੋਨੀ ਤੋਂ ਇਲਾਵਾ ਹੋਰ ਆਗੂ ਵੀ ਮੌਜੂਦ ਸਨ। ਪਾਕਿਸਤਾਨ ਦੀ ਜੰਗੇ ਆਜ਼ਾਦੀ ਵਿੱਚ ਉਹ ਦਿਨ ਹੈ ਜਿਸ ਦਿਨ ਸਭ ਤੋਂ ਵੱਧ ਸ਼ਹੀਦ 200 ਸਾਲ ਕਿਸੇ ਵਾਕਿਆ ਹੋਏ ਹੋ, ਔਰ ਉਸ ਦਿਨ ਇਹ ਦਿਨ ਪੰਜਾਬੀਆਂ ਦਾ, ਇਹ ਦਿਨ ਅੰਮ੍ਰਿਤਸਰ ਸ਼ਹਿਰ ਵਾਲਿਆਂ ਦਾ, ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀ ਕਰਕੇ ਹਿੰਦੁਸਤਾਨ ਦੀ ਆਜ਼ਾਦੀ ਜੰਗ ਦਾ ਰੁੱਖ ਮੋੜਤਾ, ਔਰ ਇਹਦਾ ਹੀ ਫਾਲੋ ਅਪ ਹੋਇਆ ਉਸ ਤੋਂ ਬਾਅਦ ਗੁਰਦੁਆਰਾ ਮੂਵਮੈਂਟ, ਅਕਾਲੀ ਦਲ, ਜਿਤਨੀਆਂ ਸ਼੍ਰੋਮਣੀ ਕਮੇਟੀ, ਭਗਤ ਸਿੰਘ, ਇਹ ਜਿਤਨੇ ਇਸ ਤੋਂ ਬਾਅਦ ਹੋਏ, ਇਹ ਇਤਨਾ ਵੱਡਾ ਇਤਿਹਾਸਕ ਦਿਨ ਹੈ। ਔਰ ਮੈਨੂੰ ਅੱਜ ਕੋਈ ਹੈ ਕਿ ਅੱਜ ਸਾਰਾ ਹਿੰਦੁਸਤਾਨ ਇਹਨੂੰ ਮਨਾਵੇ, ਪਰ ਇਲੈਕਸ਼ਨ ਦੀ ਬੱਲੀ ਚੜ੍ਹ ਗਿਆ ਅੱਜ ਸਾਰੇ ਦੁਨੀਆ, ਕਿਉਂਕਿ ਇਲੈਕਸ਼ਨ ਆ ਗਈ, ਲੋਕ ਭੁੱਲ ਗਏ ਕਿ ਇਹਦੇ ਕਰਕੇ ਹੀ ਹਿੰਦੁਸਤਾਨ ਜਿੰਦਾ ਹੈ, ਇਹਦੇ ਕਰਕੇ ਹਿੰਦੁਸਤਾਨ ਆਜ਼ਾਦ ਹੋਇਆ। ਤਾਂ ਅੱਜ ਸਾਰਾ ਹਿੰਦੁਸਤਾਨੀ, ਸਾਰੇ ਚੈਨਲ, TV, ਸਾਰੇ ਅਖਬਾਰ ਅੱਜ ਇਹਨੂੰ ਪ੍ਰਾਇਰਟੀ ਦਿੰਦੇ ਤਾਂ ਕਿੰਨਾ ਚੰਗਾ ਹੁੰਦਾ। ਔਰ ਅੱਜ ਬੜੀ ਖੁਸ਼ੀ ਹੈ ਕਿ ਅੱਜ ਅੰਮ੍ਰਿਤਸਰ ਸ਼ਹਿਰ ਦੇ ਲੋਕ ਅਬਵ ਪਾਰਟੀ ਪੋਲਿਟਿਕਸ ਇੱਥੇ ਇਕੱਠੇ ਹੋਏ ਹਨ, ਅਤੇ ਅੱਜ ਅਸੀਂ ਸਾਰੇ ਉਹਨਾਂ ਅਣਗਿਣਤ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ। ਔਰ ਚੰਗਾ ਹੁੰਦਾ ਕਿ ਅੱਜ ਬ੍ਰਿਟਿਸ਼ ਗੌਰਮੈਂਟ ਦੀ ਮਾਫੀਨਾਮਾ ਅੱਜ ਹੀ ਆਉਂਦਾ, ਅਤੇ ਨਾਲ ਤਾਂ ਕਿ ਇਹਨਾਂ ਸ਼ਹੀਦਾਂ ਨੂੰ ਹੋਰ ਵੱਡੀ ਸ਼ਰਧਾਂਜਲੀ ਮਿਲਦੀ।